रही गल दसो एन पुछांगी थोड़ी उम्र किन्नी है थोड़ी उम्र पुछांगी नहीं लेकिन ये जरूर पुछांगी कि इन्नी हुण तक इस लेवल तक पहुंचन ते किन्नी एल्बम्स दे विच काम कीता और कित्थों शुरुआत कीती दरअसल मेरी हुण तक 8 एल्बम आ चुकी है मार्केट दे विच जिन्हां दे विचों उच्ची उच्ची मंग लोड़ियां तों मैं अपना ये गायकी दा सफर शुरू कीता और बिल्कुल लेटेस्ट एल्बम गिद्दा तक आया अच्छा गल दसो राय तुसीं ਤੁਹਾਡੀ ਫੈਮਿਲੀ ਦੇ ਵਿੱਚ ਸੀਗਾ ਕੋਈ ਗਾਇਕੀ ਦੇ ਨਾਲ ਜੁੜਿਆ ਕਿ ਤੁਸੀਂ ਹੋ ਪਹਿਲੇ ਨਹੀਂ ਮੈਂ ਹੀ ਇਹੋ ਜਿਹਾ ਪਹਿਲਾ ਪਰਸਨ ਆਪਣੀ ਫੈਮਿਲੀ ਦੇ ਵਿੱਚ ਆ ਵੀ ਜਿਹੜਾ ਇਸ ਕਿੱਤੇ ਨੂੰ ਕਹਿ ਸਕਦਾ ਵੀ ਅਪਣਾਇਆ ਆ ਜਾਂ ਸ਼ੌਕ ਸੀਗਾ ਮੈਨੂੰ ਇਸ ਚੀਜ਼ ਅੱਛਾ ਇਹ ਦੱਸੋ ਤੁਸੀਂ ਤੁਹਾਡੀ ਬੈਕਗ੍ਰਾਉਂਡ ਕਿੱਥੋਂ ਹੈਗੀ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੇਰਾ ਪਿੰਡ ਕਾਲਾ ਬੱਕਰਾ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਜੀ ਰਾਏ ਗੱਲ ਦੱਸੋ ਪਹਿਲੀ ਐਲਬਮ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕਦੇ ਕੋਈ ਫਿਲਮਾਂ ਦੇ ਆਫਰ ਨਹੀਂ ਆਏ ਬਿਲਕੁਲ ਆਏ ਹੈਗੇ ਆ ਜੀ ਮੈਨੂੰ ਹੁਣ ਤੱਕ 4-5 ਫਿਲਮਾਂ ਦੇ ਆਫਰ ਆ ਚੁੱਕੇ ਆ ਪੰਜਾਬੀ ਮੂਵੀਆਂ ਦੇ ਪੰਜਾਬੀ ਪਰ ਇਸ ਤਰ੍ਹਾਂ ਆ ਵੀ ਮੈਂ ਹਾਲੇ ਕਰਨ ਦਾ ਸੋਚਿਆ ਨਹੀਂ ਕਰੂੰਗਾ ਪਰ ਪਹਿਲਾਂ ਜਿਹੜੀ ਆਪਣੀ ਸਿੰਗਿੰਗ ਲਾਈਨ ਹੈਗੀ ਆ ਇਹਦੇ ਵਿੱਚ ਪੂਰਾ ਐਸਟੈਬਲਿਸ਼ ਹੋ ਕੇ ਜਿਸ ਦਿਨ ਮੈਂ ਸਮਝੂਗਾ ਕਿ ਬਾਕੀ ਅੱਜ ਮੈਂ ਕਾਬਲ ਆ ਆਪਣੇ ਸਰੋਤਿਆਂ ਦੇ ਸਾਹਮਣੇ ਆਉਣ ਵਾਸਤੇ ਮੂਵੀ ਵਿੱਚ ਉਸ ਦਿਨ ਕਰੂੰਗਾ ਪਰ ਮੈਨੂੰ ਤਾਂ ਲੱਗਦਾ ਕਿ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਐਸਟੈਬਲਿਸ਼ ਹੋ ਚੁੱਕੇ ਹੋ ਤੁਹਾਨੂੰ ਲੋਕੀ ਪਸੰਦ ਕਰ ਰਹੇ ਆ ਸੁਣ ਰਹੇ ਆ ਵੇਖ ਰਹੇ ਆ ਸਭ ਕੁਝ ਤੁਹਾਨੂੰ ਬਹੁਤ ਹਾਰਟ ਥ੍ਰੋਬਿੰਗ ਮਿਲ ਰਿਹਾ ਵੈਸੇ ਤੁਹਾਡੀ ਗੱਲ ਠੀਕ ਵੀ ਹੈ ਪਰ ਜ਼ਿਆਦਾ ਸਮਾਂ ਨਹੀਂ ਲਾਉਣਾ ਸਿਰਫ 1.5-2 ਸਾਲ ਦਾ ਸਮਾਂ ਜੀ ਫਿਰ ਅਸੀਂ ਛੇਤੀ ਵੇਖਾਂਗੇ ਰਾਏ ਨੂੰ ਵੱਡੀ ਸਕਰੀਨ ਤੇ ਹਾਂਜੀ ਅੱਛਾ ਰਾਏ ਗੱਲ ਦੱਸੋ ਤੁਸੀਂ ਗਾਇਕੀ ਦੇ ਨਾਲ ਨਾਲ ਕਿਸੇ ਕੋਲੋਂ ਤਾਲੀਮ ਵੀ ਹਾਸਲ ਕੀਤੀ ਇੱਕ ਤਾਂ ਸ਼ੌਕ ਸੀ ਤੁਹਾਨੂੰ ਹਾਂਜੀ ਪਹਿਲਾਂ ਤਾਂ ਦਰਅਸਲ ਸਕੂਲ ਟਾਈਮ ਸ਼ੌਕ ਸੀਗਾ ਫਿਰ ਹੌਲੀ ਹੌਲੀ ਕਰਦੇ ਕਰਦੇ ਉਹ ਮਾਈਂਡ ਵਿੱਚ ਆਈ ਵੀ ਕਿਉਂ ਨਾ ਜੇ ਪਰਮਾਤਮਾ ਨੇ ਮੈਨੂੰ ਅੱਛੀ ਵੌਇਸ ਦਿੱਤੀ ਆ ਮੈਂ ਇਹਨੂੰ ਤਰੀਕੇ ਨਾਲ ਨਿਖਾਰਾਂ ਫਿਰ ਮੇਰੇ ਉਸਤਾਦ ਜੀ ਮਾਸਟਰ ਬਲਦੇਵ ਰਾਜ ਜੀ ਗਿੱਲ ਉਹਨਾਂ ਕੋਲੋਂ ਤਾਲੀਮ ਲੈਣੀ ਸ਼ੁਰੂ ਕੀਤੀ ਉਹਨਾਂ ਤੋਂ ਬਾਅਦ ਵਿੱਚ ਸ਼੍ਰੀ ਅਸ਼ੋਕ ਸ਼ਰਮਾ ਜੀ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਨੇ ਮੈਨੂੰ ਕਾਫੀ ਸਿਖਾਇਆ ਹੈ ਅਗਰ ਅਸੀਂ ਇਸ ਇੰਡਸਟਰੀ ਦੀ ਗੱਲ ਕਰਦੇ ਹਾਂ ਰਾਏ ਤੇ ਤੁਹਾਡੇ ਅਕੋਰਡਿੰਗ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਇੱਕ ਅਜਿਹਾ ਪਰਸਨ ਜ਼ਰੂਰ ਹੁੰਦਾ ਸਾਡੇ ਨਾਲ ਜੋ ਸਾਨੂੰ ਐਸਟੈਬਲਿਸ਼ ਕਰਨ ਦੇ ਵਿੱਚ ਆਇਓ ਕੋਈ ਪ੍ਰੋਡਿਊਸਰ ਹੋਵੇ ਚਾਹੇ ਉਹ ਕੰਪਨੀ ਦਾ ਕੋਈ ਓਨਰ ਹੋਵੇ ਹਾਂਜੀ 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 ਤੁਹਾਡੀ ਲਾਈਫ ਦੇ ਵਿੱਚ ਉਹ ਕਿਹੜਾ ਤੁਹਾਡਾ ਗੋਡਫਾਦਰ ਰਿਹਾ ਜਾਂ ਤੁਸੀਂ ਕਹਿ ਲਓ ਕਿ ਜਿਹਨੇ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਐਸਟੈਬਲਿਸ਼ ਹੋਣ ਲਈ ਤੁਹਾਨੂੰ ਬਹੁਤ ਅੱਜ ਜਿੱਥੇ ਤੁਸੀਂ ਖੜੇ ਹੈਗੇ ਹੋ ਹਾਂਜੀ ਹਾਂਜੀ ਉਹਨਾਂ ਦੀ ਬਦੌਲਤ ਹੀ ਖੜੇ ਹੋ ਦਰਸਲ ਸਭ ਤੋਂ ਪਹਿਲਾਂ ਤਾਂ ਮੇਰੀ ਫੈਮਿਲੀ ਮੇਰਾ ਪਰਿਵਾਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹਰ ਇੱਕ ਤਰ੍ਹਾਂ ਫਾਈਨੈਂਸ਼ੀਅਲੀ ਦਿਮਾਗ ਪੱਖੋਂ ਵੀ ਮਤਲਬ ਵੀ ਹਾਂ ਤੂੰ ਇਸ ਕੰਮ ਦੇ ਵਿੱਚ ਹੈਗਾ ਤਾਂ ਇਹਨੂੰ ਅੱਛੇ ਤਰੀਕੇ ਨਾਲ ਕਰ ਜੀ ਉਸ ਤੋਂ ਇਲਾਵਾ ਸ਼੍ਰੀ ਅਸ਼ੋਕ ਸ਼ਰਮਾ ਜੀ ਮੇਰੇ ਉਸਤਾਦ ਜੀ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਫਿਰ ਜਦੋਂ ਐਸਟੈਬਲਿਸ਼ ਹੋਇਆ ਯੁਵਰਾਜ ਦਿਓਲ ਜੀ ਮਿਊਜ਼ਿਕ ਬੇਸ ਕੈਸਟ ਕੰਪਨੀ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਮੇਰੀਆਂ ਟੇਪਾਂ ਦੇ ਉੱਤੇ ਤੇ ਔਰ ਅੱਜ ਸਰੋਤਿਆਂ ਦੇ ਸਾਹਮਣੇ ਹੈਗਾ ਜੀ ਰਾਏ ਇੱਕ ਗੱਲ ਦੱਸੋ ਤੁਹਾਡਾ ਨਾਮ ਸ਼ੁਰੂ ਤੋਂ ਰਾਏ ਸੀ ਕਿ ਇੱਥੇ ਆ ਕੇ ਰਾਏ ਬਦਲ ਲਈ ਕਿ ਆਪਣਾ ਨਾਮ ਰਾਏ ਲਿਖ ਲੈਣਾ ਚਾਹੀਦਾ ਕਿਉਂਕਿ ਕਿਸੇ ਦਾ ਨਾਮ ਰਾਏ ਨਹੀਂ ਹੈ ਇਸ ਤਰ੍ਹਾਂ ਜੀ ਮੇਰਾ ਨਾਮ ਹੈਗਾ ਜੁਝਾਰ ਸਿੰਘ ਰਾਏ ਅੱਛਾ ਔਰ ਫਿਰ ਸਾਡੇ ਪ੍ਰੋਡਿਊਸਰ ਸਾਹਿਬ ਨੇ ਸੋਚਿਆ ਕਿ ਜੇ ਅਸੀਂ ਜੁਝਾਰ ਸਿੰਘ ਰਾਏ ਰੱਖਦੇ ਹਾਂ ਤਾਂ ਇਦਾਂ ਲੱਗਦਾ ਵੀ ਸ਼ਾਇਦ ਕਿਤੇ ਬੰਦਾ ਕੀਰਤਨ ਕਰਨ ਵਾਲਾ ਹੋਵੇ ਠੀਕ ਹੈ ਫਿਰ ਅਸੀਂ ਰਾਏ ਜੁਝਾਰ ਕਰ ਦਿੱਤਾ ਜੀ ਰਾਏ ਤੁਸੀਂ ਸਿੰਗਿੰਗ ਤੋਂ ਇਲਾਵਾ ਤੁਹਾਡੇ ਹੋਰ ਕੀ ਸ਼ੌਕ ਨੇ ਕੀ ਕਰਨਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਫਿਲਹਾਲ ਤਾਂ ਹੁਣ ਇੱਕੋ ਹੀ ਸ਼ੌਕ ਰਹਿ ਗਿਆ ਹੈ ਉਸ ਤੋਂ ਪਹਿਲਾਂ ਸ਼ੌਕ ਸੀ ਇੱਕ ਦੋ ਗੇਮਾਂ ਦਾ ਵਾਲੀਬਾਲ ਦਾ ਕਬੱਡੀ ਦਾ ਥੋੜਾ ਸਕੂਲ ਲੈਵਲ ਤੇ ਮੈਂ ਖੇਡਿਆ ਹੈਗਾ ਆ ਜੀ ਜ਼ਿਆਦਾ ਨਹੀਂ ਸਿਰਫ ਸਕੂਲ ਲੈਵਲ ਤੇ ਜਦੋਂ ਦਾ ਇਸ ਲਾਈਨ 'ਚ ਆਇਆ ਹੈਗਾ ਸ਼ੌਕ ਦੇ ਨਾਲ ਨਾਲ ਇਹ ਮੇਰਾ ਕਿੱਤਾ ਬਣ ਗਿਆ ਔਰ ਹੁਣ ਤਾਂ ਤੁਹਾਨੂੰ ਪਤਾ ਵੀ ਇਹ ਲਾਈਨ ਇਹੋ ਜਿਹੀ ਇਹਦੇ ਵਿੱਚ ਆਪਾਂ ਕਾਫੀ ਜ਼ਿਆਦਾ ਬਿਜ਼ੀ ਰਹਿੰਦੇ ਹਾਂ ਰਾਏ ਨੋ ਡਾਊਟ ਯੂ ਆਰ ਵੈਰੀ ਹੈਂਡਸਮ ਤੁਸੀਂ ਬਹੁਤ ਸੋਹਣੇ ਦਿਸਦੇ ਹੋ ਤੇ ਮੈਨੂੰ ਪਤਾ ਤੁਹਾਡੀ ਲਾਈਫ ਦੇ ਵਿੱਚ ਬਹੁਤ ਕੁੜੀਆਂ ਵੀ ਆਈਆਂ ਹੋਣੀਆਂ ਪਰ ਮੈਂ ਉਸ ਕ੍ਰਸ਼ ਬਾਰੇ ਜਾਨਣਾ ਚਾਹਨੀ ਹਾਂ ਜੋ ਤੁਹਾਨੂੰ ਪਹਿਲੀ ਵਾਰ ਹੋਇਆ ਸੀ ਨਹੀਂ ਦਰਅਸਲ ਕੋਈ ਇਦਾਂ ਦੀ ਗੱਲ ਹੈ ਨਹੀਂਗੀ ਦੱਸਣ ਵਾਲੀ ਇਦਾਂ ਦੂਰ ਹੈ ਚਲੋ ਹਾਲੇ ਨਹੀਂ ਦੱਸੂਗਾ ਉਹ ਟਾਈਮ ਆਊਗਾ ਫਿਰ ਦੱਸ ਦੂੰਗਾ ਜੀ ਓਕੇ ਠੀਕ ਹੈ ਟਾਈਮ ਦੀ ਵੇਟ ਕਰ ਰਹੇ ਹਾਂ ਜੀ ਅਸੀਂ ਸਾਰੇ ਅੱਛਾ ਰਾਜ ਹੁਣ ਮੈਂ ਫਿਰ ਤੁਹਾਡੀ ਗਾਇਕੀ ਦੇ ਪ੍ਰੋਫੈਸ਼ਨ ਬਾਰੇ ਪੁੱਛਣਾ ਚਾਹਾਂਗੀ ਤੁਹਾਡੇ ਕੋਲੋਂ ਤੁਸੀਂ ਜਦੋਂ ਸਟਾਰਟ ਕੀਤਾ ਹੈ ਨਾ ਆਪਣੀ ਪਹਿਲੀ ਐਲਬਮ ਦੇ ਨਾਲ ਤੇ ਹੁਣ ਤੁਸੀਂ ਅੱਜ ਬਹੁਤ ਇੱਕ ਟੈਕਨੋਲੋਜੀਕਲ ਮੈਂ ਕਹਾਂਗੀ 뮤직 ਇੰਡਸਟਰੀ ਦੇ ਵਿੱਚ ਕਦਮ ਰੱਖ ਚੁੱਕੇ ਹੋ ਜਿੱਥੇ ਮੀਡੀਆ ਪ੍ਰੈਸ ਐਡਵਰਟਾਈਜ਼ਮੈਂਟਸ ਇਮੇਜਸ ਸੌਂਗਸ ਵੀਡੀਓਜ਼ ਮਾਡਲਸ ఎవਰੀਥਿੰਗ ਇਜ਼ ਕਨਸਰਨਡ ਹੈ ਨਾ ਅੱਜ ਦੇ ਯੁੱਗ ਦੇ ਵਿੱਚ ਹਰ ਚੀਜ਼ ਤੁਹਾਡੇ ਨਾਲ ਜੁੜ ਗਈ ਹੈ ਤੁਹਾਡੀ ਗਾਇਕੀ ਦੇ ਨਾਲ ਉਦੋਂ ਤੋਂ ਲੈ ਕੇ ਹੁਣ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਅਕੋਰਡਿੰਗ ਅੱਜ ਸਰਵਾਈਵ ਕਰਨਾ ਕਿੰਨਾ ਕੁ ਸੌਖਾ ਹੈ ਕਿਸੇ ਸਿੰਗਰ ਦੇ ਲਈ ਆਪਣੀ ਮੇਨਟੇਨ ਰੱਖਣਾ ਆਪਣੀ ਪੋਜੀਸ਼ਨ ਨੂੰ ਦਰਅਸਲ ਉਸ ਟਾਈਮ ਇਸ ਤਰ੍ਹਾਂ ਸੀਗਾ ਵੀ ਇੱਕ ਤੁਸੀਂ ਅੱਛਾ ਪ੍ਰੋਡਕਟ ਬਣਾਉਂਦੇ ਸੀਗੇ ਤੇ ਆਡੀਅנס ਸਾਹਮਣੇ ਪੇਸ਼ ਕਰਦੇ ਸੀਗੇ ਬਿਲਕੁਲ ਜਿਹੜੀ ਅੱਛੀ ਚੀਜ਼ ਸੀ ਉਹ ਆਪਣੇ ਆਪ ਵਿਕਦੀ ਸੀਗੀ ਇਹਨੇ ਆਰਟਿਸਟ ਹੈ ਨਹੀਂ ਸੀਗੇ ਕਿਉਂਕਿ ਮੈਂ ਜਿਹੜਾ ਸਫ਼ਰ ਅੱਜ ਤੋਂ 12 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੇ 12 ਸਾਲ ਦਾ ਜਿਹੜਾ ਗੈਪ ਆ ਇਹ ਅੱਜ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਫਰਕ ਸੀਗਾ ਮਾਰਕੀਟ ਦੇ ਵਿੱਚ ਉਦੋਂ ਜਿਹੜੀ ਅੱਛੀ ਚੀਜ਼ ਸੀ ਉਹ ਵਿਕਦੀ ਸੀਗੀ ਬਸ ਲੋਕ ਸੁਣਦੇ ਸੀਗੇ ਹੁਣ ਸਭ ਤੋਂ ਪਹਿਲਾਂ ਇਹ ਹੋ ਗਿਆ ਦੇਖਦੇ ਨੇ ਫਿਰ ਉਹਨੂੰ ਸੁਣਦੇ ਆ ਫਿਰ ਉਹਨੂੰ ਪਰਖਦੇ ਆ ਵੀ ਇਹਦੇ ਵਿੱਚ ਸੌਂਗ ਕਿਹੜੇ ਨੇ ਆਰਟਿਸਟ ਨੇ ਗਾਇਆ ਕਿਹੋ ਜਿਹਾ ਕੰਪੋਜੀਸ਼ਨਾਂ ਕਿਹੋ ਜਿਹੀਆਂ ਕਿਹੋ ਜਿਹੀਆਂ ਲੋਕੇਸ਼ਨਾਂ ਤੇ ਵੀਡੀਓ ਕੀਤੇ ਨੇ ਫਿਰ ਉਹਦੀ ਐਡਵਰਟਾਈਜ਼ ਕਿੰਨੇ ਕੁ ਚੈਨਲਾਂ ਤੇ ਹੋ ਰਹੀ ਆ ਕਿਹੋ ਜਿਹੀ ਕੰਪਨੀ ਨੂੰ ਪੇਸ਼ ਕੀਤਾ ਮਤਲਬ ਇਹ ਗੱਲ ਤਾਂ ਮੈਂ ਤੁਹਾਨੂੰ ਪੁੱਛੀ ਸੀ ਲੇਕਿਨ ਅੱਜ ਤੁਸੀਂ ਇੱਕ ਡਿੰਗ ਸਿੰਗਰ ਹੋ ਹੁਣ ਤੁਹਾਨੂੰ ਕੀ ਲੱਗਦਾ ਕਿ ਟਾਈਮ ਇੰਨਾ ਜ਼ਿਆਦਾ ਜਿਹੜਾ
ਬਹੁਤ ਜ਼ਿਆਦਾ ਕੰਪੀਟੀਸ਼ਨ ਹਾਰਡ ਹੋ ਗਿਆ ਸੀ ਬਿਲਕੁਲ ਬਹੁਤ ਜ਼ਿਆਦਾ ਹਾਰਡ ਹੋ ਗਿਆ ਹਰ ਸਿੰਗਰ ਦੇ ਲਈ ਆਪਣੀ ਕੁਝ ਨਵੀਂ ਉਹਦੀ ਲਿਰਿਕਸ ਜਾਂ ਤਾਂ ਇਹਨੇ ਉਹਦੇ ਲਿਰਿਸਿਸਟ ਦੇ ਵਿੱਚ ਜਾਨ ਹੋ ਗਈ ਉਹਦੇ ਗਾਣਿਆਂ ਦੇ ਬੋਲ ਦੇ ਵਿੱਚ ਕਿ ਉਹਦੇ ਗਾਣਿਆਂ ਦੇ ਬੋਲ ਜਿਹੜੇ ਹੈ ਦਰਸ਼ਕਾਂ ਦੇ ਸੁਣਨ ਵਾਲਿਆਂ ਦੇ ਸਰੋਤਿਆਂ ਦੇ ਦਿਲਾਂ 'ਚ ਜਾ ਕੇ ਵਸ ਜਾਣ ਉਹਨੂੰ ਕਿਵੇਂ ਸਰਵਾਈਵ ਕਰੇ ਇਸ ਇੰਡਸਟਰੀ 'ਚ ਇੰਨਾ ਕੰਪੀਟੀਸ਼ਨ ਵੱਧ ਗਿਆ ਦਰਅਸਲ ਇਸ ਤਰ੍ਹਾਂ ਆ ਵੀ ਜਿਹੜਾ ਬੰਦਾ ਸਰਵਾਈਵ ਕਰੂਗਾ ਉਹੀ ਕਰੂਗਾ ਜੋ ਕੁਝ ਨਵਾਂ ਦਊਗਾ ਵਧੀਆ ਦਊਗਾ ਕਿਉਂਕਿ ਉਸਦੀ ਨੀਂ ਮਜ਼ਬੂਤ ਹੋਊਗੀ ਉਹ ਹਰ ਚੀਜ਼ ਨੂੰ ਸੋਚ ਕੇ ਤੁਰੂਗਾ ਸਭ ਤੋਂ ਪਹਿਲਾਂ ਗੀਤ ਜਿਹੜੇ ਸਾਡਾ ਬੇਸ ਆ ਫਿਰ ਕੰਪੋਜ਼ ਫਿਰ ਮਿਊਜ਼ਿਕ ਫਿਰ ਅੱਛਾ ਗਾਉਣਾ ਫਿਰ ਅੱਛੇ ਵੀਡੀਓ ਫਿਰ ਉਹਨਾਂ ਦੀ ਅੱਛੀ ਪ੍ਰਮੋਸ਼ਨ ਤੇ ਜੇ ਇੰਨਾ ਕੁਛ ਕਰਕੇ ਲੋਕਾਂ ਦੇ ਸਾਹਮਣੇ ਵਧੀਆ ਤਰੀਕੇ ਨਾਲ ਆਉਂਦੇ ਤਾਂ ਮੇਰਾ ਖਿਆਲ ਹੈ ਵੀ ਜ਼ਰੂਰ ਉਹਦੀ ਪਛਾਣ ਵਧੀਆ ਤਰੀਕੇ ਨਾਲ ਬਣ ਸਕੇ ਇੱਕ ਗੱਲ ਦੱਸੋ ਅੱਜ ਜਿਹੜਾ ਗਲੇ ਦੇ ਵਿੱਚ ਸੁਰ ਹੈਗਾ ਉਹ ਵਿਕਦਾ ਹੈ ਜਾਂ ਪੈਸਾ ਬੋਲਦਾ ਹੈ ਦਰਅਸਲ ਦੋਨੋਂ ਚੀਜ਼ਾਂ ਹੈਗੀਆਂ ਹੈ ਜਿਹੜੇ ਸਹੀ ਸੁਣਨ ਵਾਲੇ ਸਰੋਤੇ ਆ ਉਹ ਵਾਕਿਆ ਸੁਰ ਸੁਣਦੇ ਆ ਪਰ ਕਈ ਮੇਰੇ ਵਰਗੇ ਆਰਟਿਸਟ ਹੈਗੇ ਵੀ ਜਿਹੜੇ ਇਹੋ ਜਿਹੀ ਚੀਜ਼ ਵੇਚਦੇ ਵੀ ਆ ਮਤਲਬ ਬਾਕੀ ਹੁਣ ਜ਼ਿਆਦਾ ਤਾਂ ਨਹੀਂ ਕਹਿਣਾ ਚਾਹੂੰਗਾ ਸਮਝਣ ਵਾਲੇ ਸਾਰੇ ਇਸ ਗੱਲ ਨੂੰ ਸਮਝਦੇ ਹੀ ਆ ਕਿਉਂਕਿ ਸਭ ਨੂੰ ਇਸ ਚੀਜ਼ ਦਾ ਪਤਾ ਆ ਠੀਕ ਹੈ ਜੀ ਨਹੀਂ ਖੈਰ ਤੁਸੀਂ ਤਾਂ ਬਹੁਤ ਸੋਹਣਾ ਗਾਉਂਦੇ ਹੋ ਤੁਹਾਡੇ ਪਰਮਾਤਮਾ ਦੀ ਮੈਂ ਕਹਾਂਗੀ ਮਿਹਰ ਹੈ ਤੁਹਾਡੇ ਉੱਤੇ ਤੁਸੀਂ ਬਹੁਤ ਸੋਹਣਾ ਗਾਇਆ ਮੈਂ ਤੁਹਾਡੇ ਗਾਣੇ ਸੁਣੇ ਵੀ ਆ ਬਾਕੀ ਬੜੇ ਫੁੱਟ ਟੈਪਿੰਗ ਸੌਂਗਸ ਨੇ ਤੁਹਾਡੇ ਸੁਣਨਾ ਵੀ ਚਾਹਾਂਗੀ ਕਿਉਂ ਨਾ ਆਪਣੇ ਗਾਣੇ ਸੁਣ ਲਈਏ ਰਾਏ ਤੋਂ ਇੱਕ ਗਾਣਾ ਜੇ ਸੁਣਾ ਦਿਓ ਪਲੀਜ਼ ਬਿਲਕੁਲ ਜ਼ਰੂਰ ਸੁਣਾਵਾਂਗਾ ਜੀ ਸ਼ਹਿਰ ਵੇੜੇ ਗਿੱਧਾ ਪੈਂਦਾ ਵੇਖ ਮਿਲਣਾ ਆਈਆਂ ਮੇਰੇ ਨਾਨਕੇ ਆਈਆਂ ਕੁੜੀਆਂ ਅੱਜ ਗਿੱਧੇ ਵਿੱਚ ਛਾਈਆਂ ਬਾਹੋਂ ਫੜ ਗਿੱਧੇ ਵਿੱਚ ਵਾੜੀ ਕਰਤੀ ਹੱਦਨ ਰਹਿਣੇ ਨੀ ਗਿੱਧਾ ਨੀ ਗਿੱਧਾ ਹਾਰ ਗਿਆ ਹਾਰੀ ਨਾ ਮਲਵੇੜੇ ਨੀ ਗਿੱਧਾ ਹਾਰ ਗਿਆ ਹਾਰੀ ਨਾ ਮਲਵੇੜੇ ਨੀ ਗਿੱਧਾ ਹਾਰ ਗਿਆ ਕੀ ਬਾਤ ਹੈ ਬਹੁਤ ਸੋਹਣਾ ਗਾਣਾ ਤੁਸੀਂ ਗਾਉਂਦੇ ਹੋ ਖੈਰ ਥੈਂਕ ਯੂ ਤੁਸੀਂ ਨੈਕਸਟ ਆਪਣੇ ਫਿਊਚਰ ਦੇ ਵਿੱਚ ਕੀ ਸੋਚਦੇ ਹੋ ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਹੋ ਹਰ ਬੰਦੇ ਇੱਕ ਡ੍ਰੀਮ ਵੇਖਦਾ ਹਰ ਬੰਦੇ ਦਾ ਇੱਕ ਉਦੇਸ਼ ਹੁੰਦਾ ਜ਼ਿੰਦਗੀ ਦੇ ਵਿੱਚ ਹੈਨਾ ਤੁਸੀਂ ਵੀ ਕੁਝ ਸੋਚਿਆ ਹੈਗਾ ਕਿ ਮੈਂ ਉਹਨਾਂ ਵਰਗਾ ਗਾਇਕ ਬਣਨਾ ਹੈ ਜਾਂ ਮੈਂ ਉਹ ਬਣਨਾ ਹੈ ਤੁਸੀਂ ਕੀ ਸੋਚਿਆ ਦਰਅਸਲ ਮੈਂ ਸੋਚਦਾ ਵੀ ਜਿਸ ਤਰੀਕੇ ਨਾਲ ਮੈਂ ਚੱਲਿਆ ਹੋਇਆ ਆ ਮੈਨੂੰ ਮੇਰੇ ਸਰੋਤਿਆਂ ਨੇ ਸਵੀਕਾਰ ਕੀਤਾ ਹੋਇਆ ਆ ਮੈਂ ਅੱਛੇ ਅੱਛੇ ਗੀਤ ਪਾਏਦਾਰ ਘਰੇਲੂ ਵੀ ਰੋਮਾਂਟਿਕ ਵੀ ਸੈਡ ਵੀ ਹਰ ਤਰ੍ਹਾਂ ਦੇ ਉਹ ਗੀਤ ਗਾਵਾਂ ਜਿਹੜੇ ਸਰੋਤੇ ਮੇਰੇ ਕੋਲੋਂ ਸੁਣਨਾ ਪਸੰਦ ਕਰਦੇ ਆ ਔਰ ਖਾਸ ਕਰਕੇ ਜਿਹੜੀ ਮੇਰੀ ਦਿਲੀ ਇੱਕ ਖਾਹਿਸ਼ ਆ ਮੈਂ ਫਿਲਮਾਂ ਵੀ ਕਰਨੀਆਂ ਚਾਹੁੰਦਾ ਆ ਤੁਹਾਨੂੰ ਦੱਸਿਆ ਉਹ ਆਫਰ ਆ ਚੁੱਕੀ ਆ ਅਸੀਂ ਕੋਈ ਅੱਛੀ ਮੂਵੀ ਤੇ ਕੰਮ ਕਰਾਂਗੇ ਉਸ ਤੋਂ ਬਾਅਦ ਵਿੱਚ ਮੈਂ ਇਹ ਚਾਹੂੰਗਾ ਜਿਸ ਤਰ੍ਹਾਂ ਹੁਣ ਮੇਰੇ ਰਿਸ਼ਤੇਦਾਰ ਜਾਂ ਮੇਰੇ ਦੋਸਤ ਜਾਂ ਮੇਰੇ ਪਿੰਡ ਵਾਲੇ ਕਹਿ ਦਿੰਦੇ ਆ ਵੀ ਜੁਝਾਰ ਸਾਡੇ ਪਿੰਡ ਦਾ ਜਾਂ ਸਾਡਾ ਰਿਸ਼ਤੇਦਾਰ ਆ ਮੈਂ ਚਾਹੁੰਦਾ ਮੇਰਾ ਸਾਰਾ ਪੰਜਾਬ ਮੇਰਾ ਸਾਰਾ ਇੰਡੀਆ ਕਵੇ ਵੀ ਹਾਂ ਜੁਝਾਰ ਸਾਡਾ ਆ ਰਾਏ ਤੁਸੀਂ ਗੱਲ ਕਹੀ ਕਿ ਤੁਹਾਨੂੰ ਬਹੁਤ ਪਾਏਦਾਰ ਗਾਣੇ ਗਾਣੇ ਪਸੰਦ ਨੇ ਤੇ ਮੈਂ ਪੁੱਛਣਾ ਚਾਹਾਂਗੀ ਪਰਸਨਲੀ ਤੁਹਾਨੂੰ ਕਿੱਦਾਂ ਦੇ ਗਾਣੇ ਪਸੰਦ ਨੇ ਕਿਉਂਕਿ ਤੁਸੀਂ ਬੜੇ ਸੋਹਣੇ ਦਿਖਦੇ ਹੋ ਮੈਂ ਉਮੀਦ ਕਰ ਰਹੀ ਹਾਂ ਕਿ ਤੁਹਾਡਾ ਆਨਸਰ ਰੋਮਾਂਟਿਕ ਸੌਂਗ ਆਏਗਾ ਫਿਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਹਾਂ ਬਿਲਕੁਲ ਰੋਮਾਂਟਿਕ ਸੌਂਗ ਮੈਨੂੰ ਪਸੰਦ ਨੇ ਔਰ ਮੈਨੂੰ ਬੀਟ ਸੌਂਗ ਗਾਉਣੇ ਵੀ ਪਸੰਦ ਨੇ ਔਰ ਸੁਣਨੇ ਵੀ ਔਰ ਸੈਡ ਸੌਂਗ ਮੈਂ ਸੁਣਦਾ ਆ ਸਿਰਫ ਇਸ ਕਰਕੇ ਵੀ ਉਹ ਥੋੜਾ ਜਿਹਾ ਰੂਹ ਨੂੰ ਸ਼ਾਂਤੀ ਮਿਲ ਜਾਂਦੀ ਸੁਣ ਕੇ ਠੀਕ ਹੈ ਨਾ ਜੀ ਔਰ ਮੇਰੇ ਨੈਕਸਟ ਇੱਕ ਦੋ ਪ੍ਰੋਜੈਕਟ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਸਿਰਫ ਮੇਰੇ ਰੋਮਾਂਟਿਕ ਸੌਂਗ ਆ ਰਹੇ ਨੇ ਅੱਛਾ ਵਾਓ ਗੱਲ ਕਰਦੇ ਆ ਤੁਹਾਡੀ ਹੀ ਇੰਡਸਟਰੀ ਦੀ ਤੁਹਾਡੀ ਹੁਣ ਜੇ ਮੈਂ ਗੱਲ ਕਰਾਂ ਤੁਹਾਡੀ ਫੈਮਿਲੀ ਲਾਈਫ ਦੀ ਕੀ ਤੁਸੀਂ ਰਾਏ ਪਸੰਦ ਕਰੋਗੇ ਜੋ ਤੁਹਾਡੀ ਆਉਣ ਵਾਲੀਆਂ ਜਨਰੇਸ਼ਨਸ ਹੈ ਹਾਂਜੀ ਤੁਸੀਂ ਉਹਨਾਂ ਨੂੰ ਇਸ ਕਿੱਤੇ ਦੇ ਵਿੱਚ ਯਾਨੀ ਕਿ ਗਾਇਕੀ ਦੇ ਪ੍ਰੋਫੈਸ਼ਨ ਦੇ ਵਿੱਚ ਲੈ ਕੇ ਆਉਂਗੇ ਖੁਦ ਨਹੀਂ ਜੀ ਨਹੀਂ ਮੈਂ ਚਾਹੂੰਗਾ ਜਿਸ ਤਰ੍ਹਾਂ ਮੇਰੀ ਬੇਟੀ ਹੈ 5 ਸਾਲ ਦੀ ਜੀ ਮੈਂ ਚਾਹੁੰਦਾ ਕਿ ਉਹ ਡਾਕਟਰ ਬਣੇ ਠੀਕ ਹੈ ਜੀ ਅਸੀਂ ਉਹਨੂੰ ਸ਼ੁਰੂ ਤੋਂ ਇਹੀ ਦੱਸ ਰਹੇ ਹਾਂ ਵੀ ਹਾਂ ਵੀ ਤੈਨੂੰ ਅਸੀਂ ਡਾਕਟਰ ਬਣਾਉਣਾ ਹੈ ਕਿਉਂਕਿ ਇਹ ਲਾਈਨ ਮਾੜੀ ਨਹੀਂ ਹੈਗੀ ਪਰ ਫਿਰ ਵੀ ਇੱਕ ਆਪਣੇ ਮਾਈਂਡ 'ਚ ਹੁੰਦਾ ਵੀ ਅਸੀਂ ਆਪਣੇ ਬੱਚੇ ਨੂੰ ਕੀ ਬਣਾਉਣਾ ਹੈ ਗਿੱਧੇ ਦੀ ਜੇ ਗੱਲ ਕਰੀਏ ਟਾਈਟਲ ਬਹੁਤ ਸੋਹਣਾ ਰੱਖਿਆ ਤੁਸੀਂ ਬਿਲਕੁਲ ਜੀ ਹੈਨਾ ਕਿੱਦਾਂ ਇਹ ਸੁਝਿਆ ਤੁਹਾਨੂੰ ਦਰਅਸਲ ਟੇਪ ਦੇ ਵਿੱਚ ਇੱਕ ਸੌਂਗ ਪਾਇਆ ਮੈਂ ਪਹਿਲਾਂ ਸੁਣਾ ਚੁੱਕਾ ਵੈਸੇ ਉਹ ਫਿਰ ਮੈਨੂੰ ਇਹ ਸੀਗਾ ਵੀ ਕਿਉਂ ਨਾ ਆਪਣਾ ਜਿਹੜਾ ਫੋਕ ਆ ਉਹਨੂੰ ਸਾਰੇ ਆਰਟਿਸਟ ਬਹੁਤ ਵਧੀਆ ਤਰੀਕੇ ਨਾਲ ਉੱਪਰ ਚੱਕ ਰਹੇ ਆ ਆਪਾਂ ਦੂਰ ਦੂਰ ਤੱਕ ਉਹਨੂੰ ਪਹੁੰਚਾ ਰਹੇ ਆ ਫਿਰ ਮੈਂ ਸੋਚਿਆ ਕਿ ਮੇਰੀ ਟੇਪ ਦਾ ਟਾਈਟਲ ਹੀ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਬੰਦਾ ਦੇਖੇ ਤੇ ਜ਼ਰੂਰ ਉਸਨੂੰ ਪੜ੍ਹੇ ਔਰ ਕਹੇ ਵੀ ਹਾਂ ਯਾਰ ਬਹੁਤ ਵਧੀਆ ਆ ਇਹਦੇ ਵਿੱਚ 10 ਸੌਂਗ ਹੈਗੇ ਟੇਪ ਦੇ ਵਿੱਚ ਇਹਦੇ ਵਿੱਚ ਗੀਤ ਸੈਡ ਨੇ 2-3 ਔਰ ਬਿਲਕੁਲ ਭੰਗੜਾ ਬੀਟ ਨੇ ਔਰ ਗਿੱਧੇ ਦਾ ਗਾਣਾ ਬਿਲਕੁਲ ਫੋਕ ਔਰ ਇਸ ਵਿੱਚ ਇੱਕ ਹੋਰ ਫੋਕ ਸੌਂਗ ਹੈ ਸੁਰਮੇ ਦੇ ਉੱਤੇ ਡਿਊਟ ਸੌਂਗ ਜਸਪਿੰਦਰ ਨਰੂਲਾ ਜੀ ਦੇ ਨਾਲ ਤੇ ਦਾਰੂ ਤੇ ਸੌਂਗ ਹੈ ਜੀ ਸਾਰੇ ਟੌਪਿਕ ਵੱਖਰੇ ਵੱਖਰੇ ਹੈ ਬਿਲਕੁਲ ਤੁਸੀਂ ਜਸਪਿੰਦਰ ਜੀ ਦੀ ਗੱਲ ਕੀਤੀ ਹਾਂਜੀ ਤੇ ਉਹਨਾਂ ਨਾਲ ਗਾਣ ਦਾ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਰਾਏ ਬਹੁਤ ਜ਼ਿਆਦਾ ਵਧੀਆ ਕਿਉਂਕਿ ਉਹਨਾਂ ਨਾਲ ਗਾ ਕੇ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਜੀ ਬਿਲਕੁਲ ਹਾਂਜੀ ਹਾਂਜੀ ਕਿਉਂਕਿ ਉਹ ਤਾਂ ਇਹੋ ਜਿਹੇ ਆਰਟਿਸਟ ਨੇ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਮੂਵੀਆਂ 'ਚ ਗਾਇਆ ਬਹੁਤ ਅੱਛੇ ਅੱਛੇ ਆਰਟਿਸਟਾਂ ਨਾਲ ਗਾਇਆ ਔਰ ਬਹੁਤ ਹਿੱਟ ਗੀਤ ਮਾਰਕੀਟ ਜਿੱਤੇ ਰਾਏ ਗੱਲ ਦੱਸੋ ਕੋਈ ਅਜਿਹੀ ਗੱਲ ਜੋ ਤੁਹਾਨੂੰ ਜਸਪਿੰਦਰ ਜੀ ਨੇ ਰਿਕਾਰਡਿੰਗ ਦੇ ਦੌਰਾਨ ਜਦੋਂ ਸਿਟਿੰਗਸ ਹੋਈਆਂ ਕੋਈ ਕਹੀ ਹੋਵੇ ਜੋ ਤੁਹਾਡੇ ਅੱਜ ਵੀ ਚਿੱਤੇ ਹੋਵੇ ਬਿਲਕੁਲ ਜੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਵਧੀਆ ਗੱਲ ਕਹੀ ਸੀ ਜਿਸ ਗੱਲ ਨੂੰ ਮੈਂ ਹਮੇਸ਼ਾ ਮੁੱਖ ਰੱਖਦਾ ਚਾਹੇ ਉਹ ਮੈਂ ਸਟੇਜ ਸ਼ੋਅ ਕਰਾਂ ਚਾਹੇ ਮੈਂ ਰਿਕਾਰਡਿੰਗ ਕਰਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਜੁਝਾਰ ਜਦੋਂ ਵੀ ਗਾਉਣਾ ਆ ਦਿਲ ਤੋਂ ਗਾਉਣਾ ਆ
ਤੇ ਨਾਲੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਂ ਤੈਨੂੰ ਉਸ ਮੁਕਾਮ ਤੇ ਦੇਖਣਾ ਚਾਹੁੰਦੀ ਆ ਵੀ ਮੈਂ ਕਹਿ ਸਕਾਂ ਵੀ ਵਾਕਿਆ ਇਹ ਸਾਡਾ ਮੁੰਡਾ ਹੈਗਾ ਜੀ ਤੁਹਾਡੇ ਇੱਕ ਗਾਣਾ ਸੀਗਾ ਨਾ ਮੰਜੀ ਥੱਲੇ ਖਾਲੀ ਕਰਕੇ ਰੋੜ ਦਿੰਦੇ ਮੈਨੂੰ ਲੱਗਦਾ ਵੀਵਰਸ ਉਹ ਸੁਣਨਾ ਵੀ ਚਾਹੁੰਦੇ ਆ ਸੁਣ ਲਈਏ ਫਿਰ ਆਪਾਂ ਇਹਨਾਂ ਦੇ ਗਾਣੇ ਜੀ ਬਹੁਤ ਤਲੇ ਸ਼ਰਾਬ ਦੀ ਗੱਲ ਸੁਣ ਇੱਕ ਨੀ ਜੱਟਾਂ ਦੇ ਮੁੰਡਿਆਂ ਤੋਂ ਬਚਣਾ ਤੂੰ ਸਖੀ ਨੀ ਤੈਨੂੰ ਨਿੰਬੂ ਵਾਂਗੂ ਵੜ ਕੇ ਨਿਚੋੜ ਦੇਣਗੇ ਨੀ ਖਾਲੀ ਕਰਕੇ ਮੰਜੀ ਦੇ ਥੱਲੇ